शुरुआत हो गई अपने ते आपां हुण निकलिए जी फिर आपां भाजी मैं कहिंदा टाइम नाल निकलांगे वधिया रहांगे कल आपां इसे चक्कर च लेट हो गए जा नहीं पाए एक दिन अपना इदां ही लंघ गया जी अज आपां फिर किथे लैके चलिए जी तेल पानी चेक हो रहा सफर रिकॉर्ड ना आए होगी भाजी सारी सेटिंग ऑलमोस्ट ओके सर ओके जी ओके चलो आप बस निकलते हैं अपनी कसौली तो एंटर करने तो पहले ही गड्डियां पार्क करनिया पे थोड़ी पार्किंग स्पेस बहुत घट है अद्धा घंटा हो गया वेट करद कि जगह मिल जाए तो मिल नहीं रही हम बना ही पै रही है आ प्रॉब्लम है इतने थोड़ी जी लवाओ अपनी यार गड्डी लवाओ आजा 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 मेरा तो लगा मेरा तो और जो हमने ऑक्यूपाइड कीती हुई है अपन पहले ही जगह इथे ला देनी चलो पार्किंग तो अपनी हो गई है हम आप के दे ये है जी कसौली की मार्केट वीकेंड करके सोहनी रौनक लगी हुई है दसना चाहवांगे मौसम भी बहुत वधिया हल्की हल्की ठंड लग रही है ते सिल्ली सिल्ली आउंदी है हवा हेरिटेज मार्केट है छोटी जी मार्केट है ना मिलिट्री स्टेशन हाँ जी ये काफी पुराना लग रहा है हाँ ये है जी एप्पल ट्री सोनी रौनक मार्केट दे विच जी याद है हर फते लास्ट टाइम आप इतों मोमोज खाते सी जी मोम्स किचन इतों तुम व्यू चेक करो जी ले आए हैं जी तुसी भाजी तुसी आउंदे रहने हो ना तुहानू पता सारा इत्थे बड़ा क्यूट जा डॉग है क्यूट तो नहीं गा वैसे पैंदा सीगा पहला ये आ गया चौंक इथों दा जी ते विच अपने इत्थे ध्यान चंद जी खड़ाए हुए ने हॉकी लेजेंड है जी वाकई क्यों भाई असो पूरे लेजेंड है मेजर भाजी मेजर ते आ जी कहिंदे हिटलर ने ऑफर की थी साडी टीम ता जर्मनी च जर्मनी च आ जा बिल्कुल कहा सी जी ते देश प्रेम इना दा पता लगदा जदों इन्होंने कहा सी भाई मैं इंडिया नाल ही आपदा रिश्ता रखूंगा कि नहीं हां हां ओ मारता जी चढ़ाई चढ़ा चढ़ा इन्होंने साडे वर्गे बंदे नूं तुसीं नाल लेके आया करो यार असीं नहीं चढ़ सकदे खाल ज्यादा लैणा हां गड्डी अपनी दा भाई ला रहा पूरी ओए की ओ वेखो तुसीं बंदर करतब करदा होया दो पैर ही नहीं पैर तो है बहू अच्छा नहीं अपाज लगता बेचारा अपाज है जी जिंदगी चा संघर्ष बढ़ गया बेचारे का शांतमई ये जगह लगी बहुत प्यारी जी आनंद विला देखो बड़ी प्यारी जी है
हाँ बस थोड़ी ही रह गई है पहुंचा रहे हैं। ਭਾਜੀ ਕਲੱਬ ਹਾਊਸ ਬਣਿਆ ਹੋਇਆ ਸਾਰਾ ਵਧੀਆ ਬਣਿਆ ਹੋਇਆ ਕਲੱਬ ਹਾਊਸ ਟੈਨਿਸ ਕੋਰਟ ਆ ਇੱਥੇ ਨਹੀਂ ਨਹੀਂ ਪੂਰਾ ਵਧੀਆ ਬਣਿਆ ਟੈਨਿਸ ਕੋਰਟ ਬਣਿਆ ਹੋਇਆ ਇੱਧਰ ਸਹੀ ਹੈ ਸੋਹਣਾ ਬਣਿਆ ਹੋਇਆ ਸਨਸੈਟ ਪੁਆਇੰਟ ਇਹ ਹੈ ਜੀ ਸਨਸੈਟ ਪੁਆਇੰਟ ਆਪਾਂ ਪੂਰਾ ਇਹਨੂੰ ਐਕਸਪਲੋਰ ਕਰਾਂਗੇ ਤਕਰੀਬਨ 2 ਕਿਲੋਮੀਟਰ ਸਾਨੂੰ ਪੈਦਲ ਆਉਣਾ ਪਿਆ ਇੱਥੋਂ ਤੱਕ ਪਹੁੰਚਣ ਲਈ ਇਹ ਸਿਲਬਰਟ ਟ੍ਰੇਲ ਨੇਚਰ ਵਾਕ ਇੱਥੇ ਥੋੜ੍ਹਾ ਵਧੀਆ ਵਾ ਸਨਸੈਟ ਵਾਲੇ ਨਾਲੋਂ ਇਹ ਥੋੜ੍ਹਾ ਜਿਹਾ ਅੱਗੇ ਆ ਕੇ ਆ ਇੱਥੇ ਥੋੜ੍ਹਾ ਜਿਹਾ ਵਧੀਆ ਵਿਊ ਦਿੰਦਾ ਇਹ ਵੇਖਦੇ ਹਾਂ ਆਪਾਂ ਜੀ ਆਓ ਹਾਂਜੀ ਮਿੱਤਰੋ ਨਜ਼ਰ ਆ ਰਿਹਾ ਕੁਛ ਚੰਗਾ ਇੱਥੇ ਹੈ ਸੀਨਿਕ ਕੁਛ ਸੀਨਿਕ ਕੁਛ ਨਹੀਂ ਗਾ ਬਸ ਜਿਹੜਾ ਆਹ छोटे छोटे रस्ते जी तुरन का बड़ा मजा आता इतना ਨਾ ਜੀ ਪੁਆਇੰਟ ਲੱਭਣੇ ਪੈਂਦੇ ਨੇ ਤੇ ਆਪਾਂ ਲੱਭਿਆ ਵਾ ਥੋੜਾ ਰਸਤਾ ਇੱਥੇ ਕੱਚਾ ਵਾ ਔਰ ਬਹੁਤ ਵਧੀਆ ਪੁਆਇੰਟ ਆਪਾਂ ਜਾਂਦੇ ਆ ਦੇਖੋ ਤੁਸੀਂ ਦੇਖੋ ਕਿੰਨਾ ਸੋਹਣਾ ਰਸਤਾ ਜਾਂਦਾ ਪੀਸ ਹਰ ਫਤਿਹ ਹੁਣੀ ਕਾਫੀ ਥੱਲੇ ਚਲੇ ਗਏ ਨੇ ਸਰੀਰ ਦੇ ਮੁੰਡੇ ਪਤਲੇ ਆ ਨਾ ਜੂਮ ਕਰਕੇ ਦੇਖਦੇ ਹਾਂ ਰਿਸਕ ਹੋ ਜਾਂਦਾ ਵਾ ਨੇਚਰ ਲਵਰ ਹੁੰਦੇ ਨਾ ਜਿਹੜੇ ਉਹਨਾਂ ਨੂੰ ਪਤਾ ਹੁੰਦਾ ਵਾ ਕਿੱਥੇ ਜ਼ਿਆਦਾ ਵਧੀਆ ਪੁਆਇੰਟ ਆ ਕਿੱਥੇ ਬੈਠਣਾ ਵਾ ਕਿੱਥੇ ਫੋਟੋ ਵਧੀਆ ਆ ਸਕਦੀ ਹੈ ਅਤੇ ਇੱਥੇ ਇੱਕ ਪੁਆਇੰਟ ਲੱਭਿਆ ਆਪਾਂ ਥੋੜ੍ਹਾ ਜਿਹਾ ਜੋ ਉੱਥੇ ਆਪਾਂ ਫੋਟੋਸ ਵਗੈਰਾ ਜਿਹੜੀਆਂ ਕੀਤੀਆਂ ਵਾ ਉਹ ਵੀ ਪਾਵਾਂਗੇ ਬਹੁਤ ਸੋਹਣੀਆਂ ਜੀ ਹਾਂਜੀ ਪੁਰੀ ਸਾਹਿਬ ਭਾਜੀ ਮੈਂ ਦੱਸਣਾ ਚਾਹੂੰਗਾ ਜਦੋਂ ਇਹੋ ਜਿਹੇ ਮਾਹੌਲ ਦੇ ਵਿੱਚ ਆਉਣਾ ਨਾ ਇੱਕ ਪਾਣੀ ਦੀ ਬੋਟਲ ਜ਼ਰੂਰ ਨਾਲ ਲਿਆਉਣੀ ਚਾਹੀਦੀ ਹੈ ਜੀਵ ਲੱਗੀ ਨਾਲ ਤਾਲੂ ਇਹਦੇ ਯਾਰ ਬਈ ਸੋਹਣੀ ਗੱਲਬਾਤ ਆ ਇੱਥੇ ਠੀਕ ਆ ਵਧੀਆ ਮਾਹੌਲ ਬਾਈਦਾ ਵਾ ਤੇ ਕਰ ਲਿਆ 2-3 ਘੰਟੇ ਅਸੀਂ ਇੰਜੋਏ ਵਧੀਆ ਕਰ ਲਿਆ ਆਹ ਕੁਛ ਲੱਭਿਆ ਇੱਥੇ ਇਹ ਇੱਕ ਮਿਸਾਈਲ ਮਿਲਾ ਦਾ ਇਹ ਕੋਈ ਬਣਾ ਦਾ ਗੋਲਾ ਪਰੂਤ ਟੰਗਿਆ ਲੱਗਦਾ ਇਹ ਕੋਈ ਮਿਸਾਈਲ ਤਰ ਛੱਡੀ ਹੋਣੀ ਆ ਇੱਧਰ ਫਸ ਗਈ ਆ ਕੇ ਤਾਰਾ ਇਹ ਰਸ਼ੀਆ ਨੇ ਕੰਮ ਸ਼ੁਰੂ ਤਾਂ ਨਹੀਂ ਕਰਦਾ ਭਾਜੀ ਭਾਜੀ ਵੇਲੇ ਇੰਡੀਆ ਦੀਆਂ ਤਾਰਾਂ ਵੀ ਬਹੁਤ ਮਤਲਬ ਦੇਸ਼ ਸਿੱਧੇ ਲਈ ਕੰਮ ਕਰਦੀਆਂ ਤਾਰਾਂ ਨੇ ਵਿਚਾਲਿਆ ਇਹ ਤਾਂ ਵੀਰੇ ਇੱਥੇ ਫਿਦਾ ਹੋਣ ਵਾਲੀਆਂ ਚੀਜ਼ਾਂ ਨੇ ਪੂਰੀਆਂ ਬੰਦਾ ਵਿੱਚ ਵਸ ਜਾਵੇ ਬਸ ਵਾਹ ਜੀ ਵਾਹ ਪੂਰੀ ਸਾਹਿਬ ਦੇ ਵਿਚਾਰ ਕਰਦਾ ਬੰਦਾ ਟ੍ਰਸਟ ਮੀ ਮੈਂ ਕਰ ਲੈਣਾ ਵਾ ਯੇ ਲੋ ਇਹ ਹਰਫਤ ਹੈ ਜੀ ਖੂਬਸੂਰਤ ਕਸੌਲੀ ਦੀਆਂ ਯੇ ਲੋ ਇਹ ਤੂੰ ਬੱਤਰੀ ਸ਼ੁਰੂ ਤੋਂ ਦੇਖੇ ਹੁਣ ਬੜੇ ਇਹ ਵੀ ਸੰਗਤ ਦਾ ਅਸਰ ਹੋ ਗਿਆ ਬਾਤ ਹੈ ਸੋਹਣੀ ਸੋਹਣੀ ਗੱਲਬਾਤ ਹੈ ਵੀਰੇ
ਇਹ ਇੱਥੇ ਚਰਚ ਕਸੌਲੀ ਦਾ ਮੇਨ ਅਟਰੈਕਸ਼ਨ ਹੈ ਇੱਥੋਂ ਦੀ ਇਹ ਦੱਸਦੇ ਆ ਵੀ 1844 ਦੇ ਵਿੱਚ ਬਣੀ ਸੀਗੀ ਬਾਈਬਲ ਦਾ ਇਹ ਹੈਗਾ ਜੀ ਇੱਥੋਂ ਦਾ ਬਾਈਬਲ ਦਾ ਕੋਟ ਲਿਖਿਆ ਹੋਇਆ ਇੱਥੇ ਇੱਕ ਸੋਹਣੀ ਗੱਲ ਬਾਤ ਆ ਬਾਈ ਇਹ ਲੋਕ ਆ ਅੰਦਰ ਨਹੀਂ ਜਾ ਸਕਦੇ ਪਰ ਬਾਹਰੋਂ ਦੇਖ ਸਕਦੇ ਆਪਾਂ ਹਾਂ ਦੇਖੋ ਤੁਸੀਂ ਸੋਹਣੀ ਬਿਲਡਿੰਗ ਆ ਬਾਈ ਕਹਿੰਦੇ ਬਾਈ ਸਮਾਂ 5 ਵੱਜ ਗਏ ਨੇ ਸ਼ਾਮ ਦੇ ਤੇ ਇੱਥੇ ਬਹੁਤ ਰੌਣਕ ਲੱਗ ਗਈ ਆ ਤੇ ਕਾਫੀਆਂ ਪੀਤੀਆਂ ਜਾ ਰਹੀਆਂ ਨੇ ਦੱਸੋ ਜੀ ਬਾਈ ਬਹੁਤ ਸਵਾਦ ਆ ਵੈਦਰ ਦੇ ਮਤਲਬ ਵਿੱਚ ਕਾਫੀ ਪੀਣ ਦਾ ਮਜ਼ਾ ਹੀ ਚੰਗੇ ਵੈਦਰ ਦੇ ਵਿੱਚ ਥੋੜਾ ਮੌਸਮ ਵੀ ਬਦਲ ਗਿਆ ਹੈਗਾ ਵੱਧ ਰਹੀ ਆ ਕਾਫੀ ਨੇ ਦੁਬਾਰਾ ਕਾਫੀ ਸੋਹਣੀ ਗੱਲਬਾਤ ਆ ਬਾਈ ਬਿਲਕੁਲ ਤਾਂ ਸਰ ਆਰਡਰ ਲਿਖਿਓ ਜੀ ਆਪਣਾ ਦੋ ਪਲੇਟ ਵੈਜ ਮੋਮੋਸ ਤੇ ਤੁਸੀਂ ਲਿਆ ਕੈਫੇ ਤੁਸੀਂ ਲੈ ਲਿਆ ਜੀ ਬਿਲਕੁਲ ਜੀ 5 ਮਿੰਟ ਪਹਿਲਾਂ ਉਹ ਵਾਹ ਜੀ ਵਾਹ ਭਾਜੀ ਕੀ ਆਰਡਰ ਕੀਤਾ ਉਹ ਕੀ ਬਾਤ ਹੈ ਜੀ ਕੀ ਬਾਤ ਹੈ ਇਹ ਨੇ ਜੀ ਉਹਨਾਂ ਕੈਫੇ ਦੇ ਨਵੇਂ ਨਵੇਂ ਬਣੇ ਨੇ ਟ੍ਰਾਈ ਕਰੋ ਜੀ ਮੈਂ ਕਹਿੰਦੇ ਕਾਫੀਆਂ ਪੀਣੀਆਂ ਨੇ ਸੋਲੀ ਡੈਲੀਕੇਸੀ ਹੈ ਜੀ ਸੋਲੀ ਵਾਲਾ ਟ੍ਰਿਪ ਆਪਣਾ ਬਹੁਤ ਵਧੀਆ ਹੋ ਗਿਆ ਵਾ ਆਪਣਾ ਵਲੌਗ ਬਹੁਤ ਵਧੀਆ ਬਣਿਆ ਵਾ ਤੇ ਆਪਾਂ ਪਾ ਰਹੇ ਆ ਆਪਣੇ ਚੈਨਲ ਦੇ ਨਾਲ ਜੁੜੇ ਰਹੋ ਸਬਸਕ੍ਰਾਈਬ ਕਰਦੇ ਰਹੋ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚਲਦੇ ਹਾਂ ਅਗਲੇ ਵਲੌਗ ਦੇ ਵਿੱਚ।